केपीडी न्यूज हक सच और इंसाफ की आवाज। जलंधर फगवाड़ा हाईवे ते स्थित चहेड़ू पुल च दो नौजवानों के बह जाने की सूचना मिली है। नौजवानों की भाल लई रेस्क्यू टीम पहुँच गई है अते उन्हां दे तलाश शुरू कर दी गई है। मिली जानकारी मुताबक दो नौजवान मोटरसाइकिल ते पुल दे हेठों लंघ रहे सी। इस दौरान अचानक पानी का बहाव तेज़ हो गया जिस नाल दोवें नौजवान पानी की लपेट च आ गए। लोगों ने दोहां नौजवानों नूं डुबदा देख जिला प्रशासन नूं सूचना दित्ती। मौके ते पहुंची गोताखोरां दी टीम ने दोवां नौजवानों की भाल शुरू कर दित्ती है। फगवाड़ा तो अशोक कुमार की रिपोर्ट। उस तो बाद असी जदों ने सानू दसा तो अभी इन जेड़ी जी अपनी पुलिस पार्टियां ला के दो टीम बुला लिया, एक असी पी ए जी तो गोताखोर की टीम मंगाई है और सैकंड असी प्राइवेट टीम मंगा ली लुधियाने और दोनों टीम साड़ियाँ लगियां। हुण दोनों टीम ने सवेर दे लगे सीगे जदों जिहदे नाल सानू जिहड़ा मोटरसाइकिल हुण कोई 15-20 जिहड़ा फुट अगे जा के दूंगा थले जिहड़ा सी उह सानू मिलदा, जिस तों सानू हुण इह लग रिहा वी वट्टे मोटरसाइकिल जिहड़ा उह उहदे नाल हुण बच्चे गए। हुण इहदा असी जदों सारे ड्रेस करा लए आ कि नवें शहर दे विच पिंड आ जिहड़ा उत्थे असीं टाई अप कर लिया उहनां नाल, ਉਹ ਸਾਡੀ ਫੈਮਿਲੀ ਆ ਰਹੀ ਹੈ। ਉਹਨਾਂ ਤੋਂ ਸਾਨੂੰ ਪਤਾ ਲੱਗੂ ਵੀ ਉਹ ਲੜਕੇ ਕਿੱਥੋਂ ਆ ਰਹੇ ਸੀ, ਕੀ ਕਾਰਨ ਆ, ਉੱਪਰੋਂ ਦੀ ਹਾਈਵੇ ਵਧੀਆ ਚੱਲ ਰਿਹਾ, ਇਹ ਕਿਉਂ ਥੱਲੇ ਨਹੀਂ ਆਏ। ਇਹਦੇ ਵਿੱਚ ਮੈਂ ਇਹ ਵੀ ਦੱਸਣਾ ਚਾਹੁੰਦਾ ਵੀ ਇਸ ਇਹ ਜਿਹੜੇ ਰੋਡ ਨੂੰ ਅਸੀਂ ਪਿਛਲੇ ਕੁਝ ਟਾਈਮ ਤੋਂ ਜਦੋਂ ਕਿਤੇ ਹਾਈਵੇ ਬੰਦ ਹੁੰਦਾ ਹੈ ਕੋਈ ਪ੍ਰੋਬਲਮ ਆਉਂਦੀ ਉਦੋਂ ਹੀ ਚਾਲੂ ਕਰੀਦਾ, ਇਹਨੂੰ ਅਸੀਂ ਪੱਥਰਾਂ ਦੇ ਨਾਲ ਔਰ ਬੈਰੀਕੇਡਾਂ ਨਾਲ ਬੰਦ ਕੀਤਾ, ਪਰ ਫਿਰ ਵੀ ਲੋਕ ਜਿਹੜੇ ਲੱਗੇ ਆ ਜਾਂ ਮੱਥਾ ਟੇਕਣ ਜਾਂ ਇਸ ਤਰ੍ਹਾਂ ਆਏ ਹੋਣਗੇ ਇਹਦੇ ਬਾਰੇ ਜੇ ਮੈਂ ਕੁਛ ਕਹਿ ਨਹੀਂ ਸਕਦਾ। ਪਰ ਹੁਣ ਜੋ ਪਤਾ ਲੱਗ ਰਿਹਾ ਵੀ ਦੋ ਲੜਕੇ ਆ ਹੁਣ ਵੈਰੀਫਾਈ ਕਰ ਰਹੇ ਹਾਂ, ਸਾਡੀਆਂ ਟੀਮਾਂ ਲੱਗੀਆਂ ਇਹਨੂੰ ਅਸੀਂ ਲੱਭਣ ਲਈ ਪੂਰੀ ਆਪਣੀ ਜਗ੍ਹਾ। ਹਾਂ ਬਿਲਕੁਲ, ਤੁਸੀਂ ਕਹਿ ਰਹੇ ਹੋ ਕਿ ਰਸਤਾ ਤਾਂ ਬੰਦ ਹੈ ਪਰ ਇਹ ਜਿਹੜਾ ਜਦੋਂ ਤੋਂ ਇਹ ਟੁੱਟਿਆ ਇੱਕ ਹਫ਼ਤਾ ਪਹਿਲੇ ਅਸੀਂ ਵੀ ਆ ਗਏ ਸੀ ਪਰ ਉਹ ਉਦੋਂ ਵੀ ਬਲੌਕ ਨਹੀਂ ਸੀ। ਨਹੀਂ ਸਾਡੇ ਜਿਹੜੇ ਬੈਰੀਕੇਡ ਆ ਉਹ ਆਟੋਮੈਟਿਕ ਉੱਪਰ ਵੀ ਪਏ ਔਰ ਥੱਲੇ ਵੀ ਪਏ, ਇਹ ਦੋਨੋਂ ਪਾਸੇ ਜਿਹੜੇ ਮੈਂ ਤੋਂ ਅਸੀਂ ਕਾਫੀ ਦਿਨ ਪਹਿਲਾਂ ਦੇ ਲੱਗੇ ਲੇਕਿਨ ਆ ਜਿਹੜਾ ਪਾਣੀ ਹੈ ਤੇ ਹੁਣੀ ਆਇਆ ਜਿੱਦਣ ਇਹ ਪਾਣੀ ਆਇਆ ਉਸ ਦਿਨ ਤੋਂ ਪਹਿਲਾਂ ਦੋਨੋਂ ਪਾਸੇ ਲਾ ਤੇ ਪਹਿਲਾਂ ਰਸਤਾ ਬੜਾ ਵਧੀਆ ਚੱਲਦਾ ਸੀ। ਹਾਂ ਪਹਿਲੇ ਸਹੀ ਸੀ ਸੜਕ, ਨਹੀਂ ਦੇਖੋ ਜਿੱਦੇ ਸਹੀ ਆ ਨਹੀਂ ਕਿਤੇ ਬਾਰਿਸ਼ ਆਈ ਸਹੀ ਆ ਤਾਂ ਲੋਕ ਜਾਂਦੇ ਸੀਗੇ, ਜੇ ਉੱਪਰ ਕਿਤੇ ਜਾਮ ਲੱਗਦਾ ਸੀ ਲੋਕ ਜਾਂਦੇ ਸੀ, ਪਰ ਪਾਣੀ ਆਉਣ ਜਿੱਦਣ ਆਇਆ ਉਸ ਦਿਨ ਤੋਂ ਬਾਅਦ ਸਾਡੇ ਆਲਰੇਡੀ ਖੁਦ ਐਸ ਐਚ ਓ ਸਦਰ ਨੇ ਆ ਕੇ ਇਹਨੂੰ ਬੈਰੀਕੇਡ ਲਾਏ ਆ ਪਰ ਬੈਰੀਕੇਡ ਲੱਗਣ ਦੇ ਬਾਵਜੂਦ ਵੀ ਜਿਹੜਾ ਇਹ ਸਹੀ ਸੀਗਾ ਲੇਕਿਨ ਅੱਜ ਹੀ ਜ਼ਿਆਦਾ ਪਾਣੀ ਚੜਿਆ ਜਿਹਦਾ ਕਰਕੇ ਲੋਕ ਜਿਹੜੇ ਆ ਉਹ ਵਿੱਚ ਆ ਗਏ ਇਸ ਤਰ੍ਹਾਂ ਦੀ ਆਪਦੀ। ਸਰ ਇੱਕ ਜਿਹੜਾ ਮਾਮਲਾ ਹੈ ਪਾਣੀ 'ਚ ਡੁੱਬਣ ਜਿਹੜੇ ਦੋ ਵਿਅਕਤੀ ਦੱਸੇ ਜਾਂਦੇ ਨੇ, ਕੀ ਮਾਮਲਾ ਸਾਰਾ? ਅੱਜ ਸਵੇਰੇ 10:30 ਸਾਨੂੰ ਕੰਟਰੋਲ ਰੂਮ ਤੋਂ ਫੋਨ ਆਇਆ ਇਹ ਝੇੜੂ ਪੁੱਲ ਦੇ ਥੱਲੇ ਜਿੱਥੇ ਬਾਬੇ ਦੀ ਜਗ੍ਹਾ ਬਣੀ ਹੋਈ ਹੈ ਉੱਥੇ ਸਰਵ ਸੇਲ ਬਣੀ ਹੈ, ਉਸ ਸਰਵ ਸੇਲ ਦੇ ਕਾਫੀ ਪਾਣੀ ਜਿਹੜਾ ਨਦੀ ਦੇ ਵਿੱਚ ਆ ਗਿਆ, ਉਸ ਪਾਣੀ ਦੇ ਬਿਹਾ ਲੰਘਦੇ ਦੋ ਜਿਹੜੇ ਮੋਟਰਸਾਈਕਲ ਸਵਾਰ ਸੀ ਜਵਾਨ ਉਹ ਜਦੋਂ ਲੰਘਣ ਲੱਗੇ ਤਾਂ ਮੋਟਰਸਾਈਕਲ ਸਲਿੱਪ ਹੋ ਕੇ ਪਈ ਦੇ ਵਿੱਚ ਡਿੱਗ ਗਿਆ, ਜਿਸ ਨਾਲ ਸਮੇਤ ਮੋਟਰਸਾਈਕਲ ਦੋਵੇਂ ਬੱਚੇ ਜਿਹੜੇ ਰੁਕੇ ਨੇ ਬੱਚਿਆਂ ਦਾ ਸਾਨੂੰ ਪਤਾ ਨਹੀਂ ਲੱਗਾ, ਪਰ ਜਿਹੜਾ ਮੋਟਰਸਾਈਕਲ ਸੀ ਅਸੀਂ ਸਵੇਰੇ 10:30 ਤੋਂ ਲੈ ਕੇ ਹੁਣ ਤੱਕ 2:30 ਤੱਕ 3 ਗੋਤਾਖੋਰ ਟੀਮਾਂ ਮੰਗਾ ਕੇ ਇੱਕ ਪੀ ਏ ਪੀ ਜਲੰਧਰ ਤੋਂ ਆਈਏ, ਇੱਕ ਪੀ ਪੀ ਏ ਬਲੌਰ ਤੋਂ ਆਈਏ, ਇੱਕ ਬਲੌਰ ਤੋਂ ਪ੍ਰਾਈਵੇਟ ਬੁਲਾਏ ਬੁਲਾ ਕੇ 3 ਟੀਮਾਂ ਦਾ ਅਸੀਂ ਮੋਟਰਸਾਈਕਲ ਦਾ ਰਿਕਵਰ ਕਰ ਲਿਆ ਅਤੇ ਹਜੇ ਤੱਕ ਡੈੱਡ ਬੋਡੀ ਸਾਨੂੰ ਮਿਲਿਆ ਨਹੀਂ। ਜਿਹੜਾ ਐਡਰੈਸ ਨਿਕਲੇ ਸਖੀਆਬਾਦ ਹੁਸ਼ਿਆਰਪੁਰ ਦਾ ਐਡਰੈਸ ਨਿਕਲਿਆ ਮੋਟਰਸਾਈਕਲ 'ਤੇ ਅਤੇ ਸੈਕਿੰਡ ਸ਼ਾਇਦ ਟ੍ਰਾਂਸਫਰ ਹੋਇਆ ਸਾਹਿਲ ਬੰਗਾ ਸਾਨੂੰ ਤਰਸੇਮ ਲਾਲ ਪਿੰਡ ਪੈਂਦਾ ਘੁੰਮਣ ਥਾਣਾ ਬਹਿਰਾਮ ਨਵਾਂ ਸ਼ਹਿਰ ਪੈਂਦਾ, ਅਸੀਂ ਉਹਨਾਂ ਨੂੰ ਇਨਫੋਰਮ ਕਰ ਦਿੱਤਾ ਦੋਨਾਂ ਪੁਲਿਸ ਸਟੇਸ਼ਨ ਦੋਨੋਂ ਪਾਸੇ ਅਤੇ ਡੈੱਡ ਬੋਡੀ ਨੂੰ ਲੱਭਣ ਵਾਸਤੇ ਗੋਤਾਖੋਰ ਟੀਮਾਂ ਕੰਟੀਨਿਊਸ ਕੰਮ ਕਰ ਰਹੀਆਂ। ਬਹੁਤ ਜ਼ਿਆਦਾ ਸਾਲ, ਯਾਨੀ ਤੁਸੀਂ ਕਿਹੜੀ ਤਕਨੀਕ ਨਾਲ ਪਾਣੀ ਦੇ ਵਿੱਚ ਉਤਰੇ ਸੀ, ਕਿਵੇਂ ਤੁਸੀਂ ਆਪਣੀ ਜਾਨ ਦੀ ਪਰਵਾਹ ਨਾ ਕੀਤੇ ਇੰਨਾ ਪਾਣੀ ਦਾ ਬਹਾਵ ਤੇਜ਼ ਹੋਣ ਤੋਂ ਬਾਅਦ ਫਿਰ ਤੁਸੀਂ ਪਾਣੀ 'ਚ ਵੜੇ ਹੋ? ਕਿੰਨੇ ਕੁ ਫੁੱਟ ਡੂੰਘਾ ਪਾਣੀ ਜਿੱਥੇ ਤੁਸੀਂ ਇਹ ਪਾਣੀ ਦਾ ਹੋਣਾ ਹੈ? ਜ਼ਿਆਦਾ ਨਹੀਂ ਤਾਂ 70-80 ਫੁੱਟ ਤੋਂ ਜ਼ਿਆਦਾ ਹੀ ਹੋਣਾ ਹੈ ਜੇ ਡੂੰਘਾ। ਕਿੰਨਾ ਕੁ ਟਾਈਮ ਲੱਗਾ ਜਿਹੜਾ ਤੁਹਾਨੂੰ ਇੱਥੇ ਮੋਟਰਸਾਈਕਲ ਇੱਕ ਬਰਾਮਦ ਹੋਇਆ, ਕਿੰਨਾ ਕੁ ਟਾਈਮ ਲੱਗਾ ਤੁਹਾਨੂੰ ਇਸ ਤਸਵੀਰ ਦੇ ਆਉਣ? ਕਿੰਨੇ ਘੰਟੇ ਹੋ ਗਏ? ਸਾਨੂੰ ਤਾਂ ਹੋਏਗਾ ਜੀ 2-2.5 ਘੰਟੇ ਪਾਣੀ ਦੇ ਵਿੱਚ। ਅਤੇ ਤੁਹਾਡੇ ਤੋਂ ਪਹਿਲਾਂ ਵੀ ਕੋਈ ਟੀਮ ਗੋਤਾਖੋਰ ਦੀ ਜਿਹੜਾ ਕੰਮ ਕਰ ਰਹੀ ਸੀ ਉਹ ਦੂਜੀ ਟੀਮ ਸੀ? ਤੁਹਾਡੇ ਵੱਲ ਕੋਈ ਔਜ਼ਾਰ ਜਾਂ ਕੋਈ ਇੱਦਾਂ ਦਾ ਸਮਾਨ ਨਹੀਂ ਸੀ? ਕੋਈ ਬੋਟ ਵਗੈਰਾ ਜਾਂ ਕਿਸੇ ਤਰ੍ਹਾਂ ਦਾ ਕੁਛ ਨਹੀਂ ਸੀ? ਤੁਸੀਂ ਆਪਣੀ ਜ਼ਿੰਦਗੀ ਆਪਣੀ ਜਾਨ ਦੀ ਪਰਵਾਹ ਫਿਰ ਵੀ ਤੁਸੀਂ ਮੋਟਰਸਾਈਕਲ ਬਰਾਮਦ ਕਰ ਲਿਆ? ਮੇਰਾ ਨਾਮ ਬਾਦਲ ਹੈ ਜੀ। ਹਥਿਆਰ ਨਾ ਹੋਣ ਦੇ ਬਾਵਜੂਦ ਜਿੱਦਾਂ ਕਿ ਬੰਦੇ ਪਾਣੀ ਦੇ ਵਿੱਚ ਉਤਰੇ ਆ ਕਿਸੇ ਦੀ ਜਾਨ ਵੀ ਜਾ ਸਕਦੀ ਸੀ। ਹਾਂਜੀ, ਤੁਸੀਂ ਸਰਕਾਰ ਤੋਂ ਕੀ ਮੰਗ ਕਰਦੇ ਆ, ਤੁਹਾਨੂੰ ਕੀ ਹੋਣਾ ਚਾਹੀਦਾ? ਅਸੀਂ ਤਾਂ ਸਰਕਾਰ ਨੂੰ ਇਹ ਮੰਗ ਕਰਾਂਗੇ ਵੀ ਇਹਨਾਂ ਨੂੰ ਬੱਚਿਆਂ ਨੂੰ ਕੁਛ ਨਾ ਕੁਛ ਦਿੱਤਾ ਜਾਵੇ, ਗਵਰਨਮੈਂਟ ਵੱਲੋਂ ਕੋਈ ਮਦਦ ਜਾਂ ਕੁਛ ਗੱਲ ਦੀ ਜਾਂ ਬੋਰਡ ਜਾਂ ਨੌਕਰੀ ਵਗੈਰਾ ਜਾਂ ਕੁਛ ਵੀ ਮਦਦ ਇੱਦਾਂ ਦੀ ਮਿਲ ਜਾਵੇ ਤਾਂ ਅੱਛੀ ਗੱਲ ਆ। ਅਤੇ ਇਸ ਤੋਂ ਪਹਿਲਾਂ ਵੀ ਤੁਸੀਂ ਇੱਦਾਂ ਦਾ ਕੋਈ ਉਪਰਾਲਾ ਕੀਤਾ? ਨਹੀਂ, ਪਹਿਲਾਂ ਐਸ ਡੀ ਐਮ ਸਾਹਿਬ ਨੂੰ ਫਲੋਰ ਦਿੰਦੇ ਰਹੇ ਹਾਂ, ਅਸੀਂ ਡੈੱਡ ਬੋਡੀ ਵਗੈਰਾ ਕੱਢ ਕੇ ਸਾਰਾ ਕੁਝ ਦਿੰਦੇ ਰਹੇ ਹਾਂ। ਐਸ ਡੀ ਐਮ ਸਾਹਿਬ ਨੂੰ ਕਿਹਾ ਸੀ ਚਾਹੇ ਕੁਛ ਨਹੀਂ ਤਾਂ ਇਹਨਾਂ ਦੇ ਕਾਰਡ ਇਸ਼ੂ ਕਰ ਦਿੱਤੇ ਜਾਣ। ਅਤੇ ਕੀ ਤੁਹਾਨੂੰ ਜਿੱਦਾਂ ਡੈੱਡ ਬੋਡੀ ਐਡੇ ਪਾਣੀ ਦੇ ਬਹਾਵ ਦੇ ਵਿੱਚ ਤੁਸੀਂ ਕੱਢ ਗਏ ਤਾਂ ਕੀ ਕੋਈ ਤੁਹਾਨੂੰ ਐਸ ਡੀ ਐਮ ਵੱਲੋਂ ਜਾਂ ਸਰਕਾਰ ਵੱਲੋਂ ਕੋਈ ਸਨਮਾਨ ਪੱਤਰ ਦਿੱਤਾ ਗਿਆ? ਨਹੀਂ, ਕੁਛ ਨਹੀਂ ਦਿੰਦੇ ਜੀ, ਰਸਤਾ ਬਾਅਦ ਕੱਢ ਗਿਆ ਬੜਾਈ ਦਾ ਵਾ
वह बस ये भी नैट से नंबर चाड़े हुए हैं, फोन सानू कॉल कर देंगे है भी उत्तर फलानी जगह इदा होया वा जल्दी जल्दी पहुँच ए कोई पे भी मिलता है नहीं वो तो है जिदा मतलब जिन्हें कोई बंदा डुबे या कुछ है जैसा SHO साहब ने सद्या या किसी ने है वो मान सरकार इन्हें कर दिन कुछ दे दें तो ठीक है ये तो अभी कही सरकार वालों कुछ नहीं तो कुछ नहीं किन्ने बंद टीम है जी साढ़े को 14 बंद टीम है जी इस टाइम इतने किन्ने बंद आ चुके हैं इस टाइम 5 बंद आए जी चार बंदे की टीम मौके पर लाश को लभन की कोशिश कर रही है इन वालों अच आ टीम वालों मौके पर मोटरसाइकिल जरा बरामद कर लिया जी तुम टीम मौके पर देख रहे हो उन्होंने देश विदेश और अपने शहर की लोकल खबर के लिए हमारे चैनल को सब्सक्राइब जरूर करें और घंटी के बटन को जरूर दबाएं। आपका मनपसंद न्यूज़ चैनल KPD न्यूज़ हक सच और इंसाफ की आवाज़ आपको रखे सबसे आगे।